ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਸਾਹਮਣੇ ਅੱਜ ਹੁਣ ਜੋ ਗੱਲ ਕਰਨ ਜਾ ਰਹੀ ਹਾਂ ਉਹ ਆਪਣੀ ਪ੍ਰੀਵੀਅਸ ਵੀਡੀਓ ਜੋ ਮੈਂ ਬਣਾਈ ਸੀਗੀ ਐਕਚੁਅਲੀ ਬਹੁਤ ਪੁਰਾਣੀ ਵੀਡੀਓ ਹੈ ਪਰ ਮੈਂ ਉਹਨੂੰ ਓਪਨ ਕੀਤੀ ਸੀ ਰਾਤੀ ਤਾਂ ਮੈਂ ਇਹ ਜਾਣਨ ਲਈ ਕਿਉਰੀਅਸ ਸੀਗੀ ਕਿ ਸਿੱਖੀ ਦੇ ਵਿੱਚ ਮੀਟ ਖਾਣਾ ਅਲਾਉਡ ਹੈ ਜਾਂ ਨਹੀਂ ਹੈ ता मेरी कन्फ्यूजन इन्नी ज़्यादा सी और जो लोग हाँ बहुत सारे लोग ने जो लोग सोचते ने कि विच मीट खाना अलाउड है मैं जो कुछ भी बोलिया है मैं अपने को लो कुछ नहीं बोलिया जो मैं समाज को सीख्या है और जो देखिया है और जो सुनिया है मैं उस हिसाब ना वीडियो बनाई सी ਪਰ ਉਸ ਵੀਡੀਓ ਬਣਾਉਣ ਦੇ ਪਿੱਛੇ ਇੱਕ ਮਕਸਦ ਸੀ ਮੇਰਾ ਕਿ ਮੈਂ ਇਹ ਸੱਚ ਮੁੱਚ ਕਲੀਅਰਲੀ ਜਾਨਣਾ ਚਾਹੁੰਦੀ ਸੀ ਕਿ ਐਕਚੁਅਲੀ ਸੱਚ ਹੈ ਕਿ ਹੈ ਅਸੀਂ ਜੋ ਸੁਣਦੇ ਆਏ ਹਾਂ ਉਹ ਹੈ ਜੋ ਲੋਕਾਂ 'ਚ ਫੈਲਾਇਆ ਗਿਆ ਉਹ ਹੈ ਜਾਂ ਫਿਰ ਸੱਚ ਕੁਝ ਹੋਰ ਹੈ ਤਾਂ ਉਸ ਵੀਡੀਓ ਦੀ ਜੋ ਰਿਸਪੌਂਸ ਮੈਨੂੰ ਮਿਲੀ ਹੈ 70 60% ਲੋਕ ਜੋ ਨੇ ਉਹਨਾਂ ਨੇ ਮੇਰੀ ਉਸ ਫੀਲਿੰਗ ਨੂੰ ਸਮਝ ਕੇ ਬਹੁਤ ਹੀ ਪਿਆਰ ਨਾਲ ਮੈਨੂੰ ਜਵਾਬ ਦਿੱਤਾ ਹੈ ਔਰ ਮੈਨੂੰ ਬਹੁਤ ਹੀ ਕਲੀਅਰਲੀ ਇਹ ਗੱਲ ਸਮਝਾਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਦਾਂ ਦੀ ਕੋਈ ਬਾਣੀ ਦਰਜ ਨਹੀਂ ਹੈ ਜਿਸ ਵਿੱਚ ਇਹ ਲਿਖਿਆ ਗਿਆ ਹੋਵੇ ਕਿ ਸਿੱਖੀ ਦੇ ਵਿੱਚ ਮੀਟ ਖਾਣਾ ਅਲਾਉਡ ਹੈ ਜਾਂ ਤੁਸੀਂ ਮੀਟ ਖਾ ਸਕਦੇ ਹੋ ਜਾਂ ਖਾਣਾ ਅਲਾਉਡ ਹੈ ਜੋ ਲੋਕ ਵੀ ਮੀਟ ਖਾ ਰਹੇ ਨੇ ਜਾਂ ਮਾਸ ਖਾ ਰਹੇ ਨੇ ਜੋ ਵੀ ਹੈ ਉਹ ਆਪਣੀ ਮਰਜ਼ੀ ਨਾਲ ਖਾ ਰਹੇ ਨੇ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਦਾਂ ਦੀ ਕੋਈ ਵੀ ਚੀਜ਼ ਦਰਜ ਨਹੀਂ ਹੈ ਬਾਣੀਆਂ ਦੇ ਸਹਿਤ ਪ੍ਰਮਾਣ ਦਿੱਤੇ ਨੇ ਮੈਨੂੰ ਲੋਕਾਂ ਨੇ ਜੋ ਮੈਨੂੰ ਨਹੀਂ ਪਤਾ ਸੀ ਉਹ ਮੈਨੂੰ ਅੱਜ ਪਤਾ ਚੱਲਿਆ ਹੈ ਤਾਂ ਮੈਂ ਉਹ ਸਾਰੇ ਹੀ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਗੁਰਬਾਣੀ ਦਾ ਉਹ ਵਚਨ ਮੈਨੂੰ ਦਿੱਤੇ ਨੇ ਜੋ ਗੁਰਬਾਣੀ ਦੀ ਸਿੱਖਿਆ ਮੈਨੂੰ ਦਿੱਤੀ ਹੈ ਜੋ ਚੀਜ਼ ਮੈਂ ਲੱਭ ਰਹੀ ਸੀ ਐਗਜ਼ੈਕਟਲੀ ਉਹੀ ਚੀਜ਼ ਮੈਨੂੰ ਮਿਲੀ ਹੈ ਔਰ ਕਈ ਭਰਾਵਾਂ ਨੇ ਇੰਨਾ ਅੱਛੀ ਮੈਨੂੰ ਐਕਸਪਲੇਨ ਕੀਤਾ ਹੈ ਕਿ ਸ਼ਾਇਦ ਮੈਂ ਜ਼ਿੰਦਗੀ ਦੇ ਕਈ ਸਾਲ ਬਿਤਾ ਦਿੰਦੀ ਇਸ ਰਿਸਰਚ ਤੇ ਵਿੱਚ ਤਾਂ ਵੀ ਮੈਨੂੰ ਉਹ ਕਨਸੈਪਟ ਕਲੀਅਰ ਨਹੀਂ ਹੁੰਦਾ ਜੋ ਮੈਨੂੰ ਕਲੀਅਰ ਹੋਇਆ ਹੈ ਅੱਜ 24 ਆਵਰਸ ਤੋਂ ਵੀ ਪਹਿਲੇ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਹ ਅਕਲ ਦਿੱਤੀ ਕਿ ਮੈਂ ਇਸ ਟਾਈਪ ਦੀ ਵੀਡੀਓ ਬਣਾ ਕੇ YouTube ਤੇ ਅਪਲੋਡ ਕਰਾਂ ਤਾਂ ਕਿ ਬਲਕ ਦੇ ਵਿੱਚ ਮੈਨੂੰ ਜੋ ਹੈ ਮਲਟੀਪਲ ਆਨਸਰਸ ਔਰ ਕੁਐਰੀਜ਼ ਮੈਨੂੰ ਮਿਲਣ ਪਰ ਇੱਕ ਚੀਜ਼ ਹੋਰ ਹੈ ਕਿ ਅਜੇ ਤੱਕ ਵੀ ਬਹੁਤ ਸਾਰੇ ਮੇਰੇ ਡਾਊਟ ਨੇ ਬਹੁਤ ਸਾਰੇ ਮੇਰੇ ਕੁਐਸਚਨਸ ਨੇ ਮੈਂ ਜੋ ਤੁਹਾਡੇ ਕੋਲ ਪੁੱਛਣਾ ਚਾਹਨੀ ਆ ਔਰ ਮੈਨੂੰ ਉਹਨਾਂ ਦੀ ਕਲੈਰੀਫਿਕੇਸ਼ਨ ਚਾਹੀਦੀ ਹੈ ਤਾਂ ਮੈਂ ਤੁਹਾਨੂੰ ਰਿਕੁਐਸਟ ਕਰਦੀ ਆ ਕਿ ਤੁਸੀਂ ਗਾਲੀ ਗਲੋਚ ਕੀਤੇ ਬਿਨਾ ਜਿੱਦਾਂ ਜੋ 브ਦਰਸ ਨੇ ਮੈਨੂੰ ਸਮਝਾਇਆ ਮੈਂ ਚਾਹਨੀ ਹਾਂ ਕਿ ਉਹ ਲੋਗ ਇਹ ਮੇਰੀ ਵੀਡੀਓ ਦੇਖਣ ਔਰ ਇਸ ਵੀਡੀਓ ਨੂੰ ਬਹੁਤ ਹੀ ਅੱਛੀ ਤਰ੍ਹਾਂ ਮੈਨੂੰ ਸਮਝਾਣ ਤਾਂ ਕਿ ਮੈਂ ਅੱਗੇ ਲੋਕਾਂ ਨੂੰ ਸਮਝਾ ਸਕਾਂ ਉਹਨਾਂ ਲੋਕਾਂ ਨੂੰ ਜੋ ਸਿੱਖੀ ਤੋਂ ਕਨਵਰਟ ਹੋ ਕੇ 크ਿਸਚਨ ਬਣ ਚੁੱਕੇ ਨੇ ਜਾਂ ਸਿੱਖੀ ਨੂੰ ਛੱਡ ਚੁੱਕੇ ਨੇ ਕਿਉਂਕਿ ਕਈ ਚੀਜ਼ਾਂ ਜੋ ਸਾਹਮਣੇ ਬਿਲਕੁਲ ਕਲੀਅਰ ਨਹੀਂ ਹੈ ਔਰ ਉਹਨਾਂ ਨੂੰ ਸਮਝਾਉਣ ਦੀ ਬਜਾਏ ਜਦ ਤੁਸੀਂ ਮੈਨੂੰ ਗਾਲਾਂ ਕੱਢ ਸਕਦੇ ਹੋ ਕਈ ਲੋਕਾਂ ਨੇ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਨੇ ਕਿ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੈ ਜਦ ਤੁਸੀਂ ਬਗਾਨੀ ਧੀ ਨੂੰ ਬਗਾਨੀ ਔਰਤ ਨੂੰ ਇੰਨੀ ਗੰਦੀ ਗਾਲ ਕੱਢ ਸਕਦੇ ਹੋ ਤਾਂ ਇਹਦਾ ਮਤਲਬ ਬਿਲਕੁਲ ਕਲੀਅਰ ਹੈ ਕਿ ਤੁਹਾਡੀ ਨਜ਼ਰ ਦੇ ਵਿੱਚ ਔਰਤ ਦੀ ਕੋਈ ਇੱਜ਼ਤ ਨਹੀਂ ਹੈ ਤਾਂ ਮੇਰੇ ਕੁਐਸਚਨ ਨੇ ਮੈਂ ਤੁਹਾਡੇ ਸਾਰੇ ਅੱਗੇ ਇੱਕ ਰਿਕਵੈਸਟ ਕਰਦੀ ਹਾਂ ਕਿ ਪਲੀਜ਼ ਮੇਰੇ ਜਿਹੜੇ ਇਹ ਡਾਊਟ ਨੇ ਮੈਂ ਬਹੁਤ ਹੀ ਕਿਊਰੀਅਸ ਹਾਂ ਇਹ ਡਾਊਟ ਕਲੀਅਰ ਕਰਨ ਲਈ ਤਾਂ ਤੁਹਾਡੇ ਅੱਗੇ ਰਿਕਵੈਸਟ ਹੈ ਪਲੀਜ਼ ਮੇਰੇ ਇਹ ਡਾਊ ਕਿ ਸਿੱਖੀ ਦੇ ਵਿੱਚ ਤੁਸੀਂ ਇਹ ਗੱਲ ਕਹੀ ਹੈ ਮੈਨੂੰ ਬਹੁਤ ਹੀ ਜ਼ੋਰ ਦੇ ਕੇ ਕਹੀ ਹੈ ਕਿ ਜੀਵ ਹੱਤਿਆ ਪਾਪ ਹੈ ਜੀਵ ਹੱਤਿਆ ਕਰਨ ਵਾਲਾ ਸਿੱਖ ਸਿੱਖ ਨਹੀਂ ਹੋ ਸਕਦਾ ਤਾਂ ਮੈਂ ਇਹ ਗੱਲ ਪੁੱਛਣਾ ਚਾਹਨੀ ਹਾਂ ਉਹਨਾਂ ਲੋਕਾਂ ਕੋਲੋਂ ਇਹ ਗੱਲ ਬਿਲਕੁਲ ਵੀ ਸਹੀ ਨਹੀਂ ਹੈ ਕਿ ਮੈਂ ਮੀਟ ਖਾਣ ਨੂੰ ਔਰ ਮੀਟ ਖਾਣੀ ਹਾਂ ਜਾਂ ਮੀਟ ਖਾਣ ਨੂੰ ਮੈਂ ਹੌਸਲਾ ਦੇ ਰਹੀ ਹਾਂ ਕਿ ਤੁਸੀਂ ਸਾਰੇ ਮੀਟ ਖਾਓ ਇਸ ਚੀਜ਼ ਦਾ ਉਹ ਮਤਲਬ ਨਹੀਂ ਹੈ ਇਸ ਚੀਜ਼ ਦਾ ਇਹ ਮਤਲਬ ਹੈ ਕਿ ਮੈਂ ਅਨਸਰੇਬਲ ਹਾਂ ਬਹੁਤ ਸਾਰੇ ਲੋਕਾਂ ਨੂੰ ਮੈਂ ਵਾਪਸ ਲੈ ਕੇ ਆਉਣ ਦਾ ਪ੍ਰੋਮਿਸ ਕੀਤਾ ਤਾਂ ਇਹ ਮੇਰੇ ਡਾਊਟ ਨੇ ਔਰ ਮੈਂ ਪ੍ਰਮਾਤਮਾ ਅੱਗੇ ਇਹ ਰਿਕਵੈਸਟ ਕਰਦੀ ਹਾਂ ਕਿ ਮੇਰੇ 80% ਡਾਊਟ ਕਲੀਅਰ ਹੋ ਚੁੱਕੇ ਨੇ ਪਰ ਫਿਰ ਵੀ ਥੋੜੇ ਜਿਹਾ ਕੁਐਸਚਨਸ ਬਾਕੀ ਨੇ ਜੋ ਮੈਨੂੰ ਲੋਕਾਂ ਨੇ ਦਿੱਤੇ ਹੈ ਤਾਂ ਮੈਂ ਉਹ ਕੁਐਸਚਨਸ ਤੁਹਾਡੇ ਨਾਲ ਜੋ ਹੈ ਸ਼ੇਅਰ ਕਰਨਾ ਚਾਹਨੀ ਹਾਂ ਤਾਂ ਮੇਰਾ ਸਭ ਤੋਂ ਪਹਿਲਾ ਕੁਐਸਚਨ ਇਹ ਹੈ ਕਿ ਸਿੱਖੀ ਦੇ ਵਿੱਚ ਮੀਟ ਖਾਣਾ ਮਨਾ ਹੈ ਇਹਦੇ ਬਿਲਕੁਲ ਜ਼ਾਹਿਰ ਹੋ ਚੁੱਕਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੀਟ ਖਾਣ ਨੂੰ ਕਿਤੇ ਵੀ ਜਗ੍ਹਾ ਨਹੀਂ ਦਿੱਤੀ ਗਈ ਜੀਵ ਹੱਤਿਆ ਪਾਪ ਹੈ ਔਰ ਉਹ ਗੱਲ ਮੈਂ ਵੀ ਸਮਝਦੀ ਹਾਂ ਮੈਂ ਆਪਣੀ ਵੀਡੀਓ ਚ ਵੀ ਇਹ ਗੱਲ ਕਹੀ ਹੈ ਕਿ ਜੀਵ ਹੱਤਿਆ ਪਾਪ ਹੈ ਪਰ ਇਹ ਚੀਜ਼ ਕਨਫਿਊਜ਼ਨ ਇੰਨੀ ਜ਼ਿਆਦਾ ਹੈ ਕਿ ਕੁਝ ਕਲੀਅਰ ਨਹੀਂ ਸੀ ਜੋ ਕਿ ਕਲੀਅਰ ਹੋਇਆ ਹੈ ਤਾਂ ਹੋਰ ਚੀਜ਼ਾਂ ਨੇ ਜੋ ਕਲੀਅਰ ਨਹੀਂ ਹੈ ਜੋ ਆਪਣੇ ਸੋਸਾਇਟੀ ਦੇ ਵਿੱਚ ਹੈਗੀਆਂ ਨੇ ਤਾਂ ਮੈਂ ਉਹ ਪੁੱਛ ਰਹੀ ਹਾਂ ਤਾਂ ਮੈਨੂੰ ਇੱਕ ਕੁਐਸਚਨ ਹੈ ਕਿ ਮਹਾਂ ਪ੍ਰਸ਼ਾਦ ਕੀ ਹੁੰਦਾ ਹੈ ਮੇਰਾ ਪਹਿਲਾ ਕੁਐਸਚਨ ਹੈ ਮਹਾ ਪ੍ਰਸਾਦ ਕੀ ਹੁੰਦਾ ਹੈ ਨਾਂਦੇੜ ਦੇ ਵਿੱਚ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਉਹਦਾ ਕੀ ਮਤਲਬ ਹੈ ਔਰ ਛਟਕਾ ਕੀ ਹੈ ਔਰ ਉਹ ਕਿਸ ਚੀਜ਼ ਲਈ ਯੂਜ਼ ਹੁੰਦਾ ਹੈ ਮੇਰੇ ਇਸ ਕੁਐਸਚਨ ਦਾ ਜਵਾਬ ਪਲੀਜ਼ ਦਿਓ ਤਾਂ ਕਿ ਮੈਂ ਬਿਲਕੁਲ ਆਪਣਾ ਮਾਈਂਡ ਕਲੀਅਰ ਕਰ ਸਕਾਂ ਔਰ ਮੈਂ ਅਗਰ ਮੇਰਾ ਮਾਈਂਡ ਕਲੀਅਰ ਹੈ ਤਾਂ ਮੈਂ ਮੇਰੇ ਜੋ ਨਾਲ ਕਨੈਕਟਡ ਲੋਗ ਨੇ ਮੈਂ ਉਹਨਾਂ ਦਾ ਵੀ ਮਾਈਂਡ ਕਲੀਅਰ ਕਰ ਸਕਦੀ ਹਾਂ ਦੂਸਰਾ ਮੇਰਾ ਕੁਐਸਚਨ ਹੈ ਕਿ ਜੀਵ ਹੱਤਿਆ ਕਰਨਾ ਪਾਪ ਹੈ ਕਿਉਂਕਿ ਹਰ ਜੀਵ ਜੰਤੂ ਦੇ ਵਿੱਚ ਜਾਨ ਹੁੰਦੀ ਹੈ ਉਹਨੂੰ ਮਾਰ ਕੇ ਖਾਣਾ ਪਾਪ ਹੈ ਹੱਤਿਆ ਹੈ ਕਈ ਲੋਕਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਅਗਰ ਬੱਚੇ ਇਹ ਪੁੱਛਦੇ ਨੇ ਕਿ ਤੁਸੀਂ ਮੀਟ ਕਿਉਂ ਖਾਂਦੇ ਸੀ ਪਾਇਰਟ ਮੀਟ ਕਿਉਂ ਖਾਂਦੇ ਸੀ ਵਾਰੀਅਰਸ ਮੀਟ ਕਿਉਂ ਖਾਂਦੇ ਸੀ ਤਾਂ ਉਹ ਅਗਰ ਜੀਵ ਹੱਤਿਆ ਹੈ ਤਾਂ ਫਿਰ ਮੈਨੂੰ ਇੱਕ ਗੱਲ ਦਾ ਇਹ ਜਵਾਬ ਦਿਓ ਕਿ ਜੀਵ ਹੱਤਿਆ ਕਰਨਾ ਪਾਪ ਹੈ ਤਾਂ ਫਿਰ ਅਸੀਂ ਯੁੱਧ ਲੜਾਈਆਂ ਝਗੜੇ ਕਿਉਂ ਕਰਦੇ ਹਾਂ ਤਲਵਾਰਾਂ ਚੱਕ ਕੇ ਗੰਨਾ ਚੱਕ ਕੇ ਇੱਕ ਦੂਜੇ ਨੂੰ ਕਿਉਂ ਮਾਰਦੇ ਹਾਂ ਕਿ ਇਨਸਾਨ ਜੀਵ ਨਹੀਂ ਹੈ ਕਿ ਉਹਦੇ ਵਿੱਚ ਜਾਨ ਨਹੀਂ ਹੈ ਤਾਂ ਫਿਰ ਇਹ ਇਨਸਾਨੀ ਝਗੜੇ ਇਹ ਇਨਸਾਨੀ ਲੜਾਈਆਂ ਧਾਰਮਿਕ ਲੜਾਈਆਂ ਦੰਗੇ ਫਸਾਦ ਬਾਰਡਰਾਂ ਤੇ ਲੜਾਈਆਂ ਇੱਕ ਦੂਜੇ ਦੀ ਤੀਸਰਾ ਕੁਐਸਚਨ ਮੇਰਾ ਇਹ ਹੈ ਕਿ ਜੋ ਆਦਮੀ जो हसबेंड्स मीट खाँदे ने और वाइफ मीट नहीं खादी पर उन्होंने अपने हसबैंड और फैमिली के दूजे लोगों मीट बना पैदा है तो वो किस कैटेगरी आता है वो पाप नहीं है कि वो पाप है या पाप नहीं है और मेरा जो चौथा क्वेश्चन है जो लोग फॉरेन कंट्रीज फॉरिन कंट्रीजें चाहे वह प्योर वैजीटेरियन ने ਪਰ ਉਹਨਾਂ ਨੂੰ ਜੋ ਸਟੂਡੈਂਟਸ ਨੇ ਜਾਂ ਨਿਊ ਕਮਰਸ ਨੇ ਜਿਆਦਾ ਤੋਂ ਜਿਆਦਾ ਕਮ ਹੋਟਲ ਇੰਡਸਟਰੀ ਚ ਉਹਨਾਂ ਨੂੰ ਮਿਲਦਾ ਹੈ ਤਾਂ ਸਭ ਤੋਂ ਜਿਆਦਾ ਯੂਸਸ ਹੋਟਲਸ ਦੇ ਵਿੱਚ ਮੀਟ ਦਾ ਹੁੰਦਾ ਹੈ ਚਿਕਨ ਦਾ ਤਾਂ ਉਹਨਾਂ ਨੂੰ ਜੋ ਲੋਕ ਕੈਟਰਿੰਗ ਔਰ ਹੋਟਲ ਇੰਡਸਟਰੀ ਦੇ ਨਾਲ ਅਟੈਚਡ ਨੇ ਮੀਡੀਅਮ ਕਲਾਸ ਹੋਟਲਸ ਜੋ ਨੇ ਤਾਂ ਉਹ ਲੋਕ ਜੋ ਨੇ ਮੀਟ ਕੱਟਦੇ ਨੇ ਮੀਟ ਨੂੰ ਮੈਰੀਨੇਟ ਕਰਦੇ ਨੇ ਡਿਫਰੈਂਟ ਟਾਈਪਸ ਦੇ ਡਿਸ਼ਸ ਬਣਾਉਂਦੇ ਨੇ ਮੀਟ ਦੇ ਔਰ ਉਹ ਆਪਣੇ ਨਾਂ ਦੇ ਅੱਗੇ ਸਿੰਗ ਲਗ ਰੱਖਦੇ ਨੇ ਔਰ ਉਹ ਗੁਰਦੁਆਰੇ ਜਾਂਦੇ ਨੇ ਔਰ ਸਿੱਖ ਨੇ ਤਾਂ ਫਿਰ ਅਗਰ ਇਹ ਚੀਜ਼ ਹੈ ਤਾਂ ਉਹ ਕਿਹੜੀ ਕੈਟਾਗਰੀ ਚ ਆਉਂਦੇ ਨੇ ਉਹਨਾਂ ਦੀ ਕੀ ਕੈਟਾਗਰੀ ਹੋਣੀ ਚਾਹੀਦੀ ਹੈ ਔਰ ਮੈਂ ਇਹ ਗੱਲ ਚਾਹਨੀ ਹਾਂ ਕਿ ਇੱਕ ਪਬਲਿਕ opinion ਲਈ ਇੱਕ ਫੋਨ ਤੇ ਜੋ ਹੈ ਉਹ ਅਗਰ ਆਪਾਂ ਦੇਖੀਏ ਕਿ VOTING ਕਰਵਾਈਏ ਕਿ ਸਿੱਖ ਕੌਣ ਹੋ ਸਕਦਾ ਹੈ ਔਰ ਸਿੱਖ ਕੌਣ ਨਹੀਂ ਹੋ ਸਕਦਾ ਪਬਲਿਕ opinion ਦੇ ਹਿਸਾਬ ਨਾਲ ਕਿਉਂਕਿ ਜ਼ਿਆਦਾਤਰ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਉਹਨੂੰ ਸਿੱਖ ਕਹਿਣ ਦਾ ਹਦਿਕਾਰ ਨਹੀਂ ਜੋ ਜੀਵ ਹੱਤਿਆ ਕਰਦਾ ਹੈ ਜੋ ਮੀਟ ਖਾਂਦਾ ਹੈ ਤਾਂ ਮੈਂ ਇਹ ਗੱਲ ਬਹੁਤ ਹੀ ਕਲੀਅਰਲੀ ਪੁੱਛਣਾ ਚਾਹਨੀ ਹਾਂ ਕਿ ਅਗਰ ਪਬਲਿਕ opinion ਲਿਆ ਜਾਏ ਫੋਨੋ ਫੋਨ ਤੇ ਮੈਸੇਜ ਲਿੱਤੇ ਜਾਣ ਲੋਕਾਂ ਦੇ ਤਾਂ ਇਦਾਂ ਦੇ ਬਹੁਤ ਸਾਰੇ ਲੋਕ ਨੇ ਜੋ ਮੀਟ ਖਾਂਦੇ ਨੇ ਔਰ ਹੋ ਸਹਾਂ ਮੈਂ ਗੱਲ ਬਿਲਕੁਲ ਸਮਝ ਸਕਦੀ ਹਾਂ ਕਿ ਉਹਨਾਂ ਨੇ ਫੋਨ ਤੇ ਨਹੀਂ ਗਾਣਾ ਕਿ ਮੈਂ ਮੀਟ ਖਾਂਦੇ ਹਾਂ ਕਿਉਂਕਿ ਚੋਰੀ ਵੀ ਖਾਂਦੇ ਨੇ ਜਿਸ ਚੀਜ਼ ਤੋਂ ਸਮਾਜ ਤੇ ਰੋਕ ਹੁੰਦੀ ਹੈ ਉਹ ਚੋਰੀ ਜ਼ਰੂਰ ਕੀਤੀ ਜਾਂਦੀ ਹੈ ਪਰ ਮੇਰਾ ਕੁਐਸਚਨ ਬਿਲਕੁਲ ਹੀ ਕਲੀਅਰ ਹੈ ਔਰ ਮੈਂ ਕਲੀਅਰਲੀ ਇਹ ਗੱਲ ਪੁੱਛਣਾ ਚਾਹਨੀ ਹਾਂ ਕਿ ਉਹ ਲੋਕ ਕਿਸ ਕੈਟਾਗਰੀ ਚ ਆਣਗੇ ਕਿ ਉਹ ਸਿੱਖ ਨਹੀਂ ਜੋ ਮੀਟ ਖਾਂਦੇ ਨੇ ਕਿਉਂਕਿ ਗੁਰਬਾਣੀ ਦੇ ਵਿੱਚ ਤਾਂ ਇਹ ਕਲੀਅਰ ਬਿਲਕੁਲ ਲਿਖਿਆ ਹੋਇਆ ਹੈ ਕਿ ਮੀਟ ਖਾਣਾ ਪਾਪ ਹੈ ਪਰ ਫਿਰ ਵੀ ਨਦੇੜ ਦੇ ਗੁਰਦੁਆਰਿਆਂ ਦੇ ਵਿੱਚ ਝਟਕਾ ਦਿੱਤਾ ਜਾਂਦਾ ਹੈ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਔਰ ਬਹੁਤ ਸਾਰੇ ਵਿਦੇਸ਼ਾਂ ਦੇ ਵਿੱਚ ਲੋਕ ਨੇ ਜੋ ਮੀਟ ਦਾ ਸੇਵਨ ਕਰਦੇ ਨੇ ਕਿਉਂਕਿ ਵੈਜੀਟੇਬਲਸ ਮਹਿੰਗੇ ਨੇ ਬਹੁਤ ਜ਼ਿਆਦਾ ਚਿਕਨ ਵਗੈਰਾ ਬਹੁਤ ਸਸਤਾ ਹੈ ਤਾਂ ਨਾਨ-ਵੈਜੀਟੇਬਲਸ ਦਾ ਸੇਵਨ ਹੁੰਦਾ ਹੈ ਔਰ ਜੋ ਔਰਤਾਂ ਜੋ ਕਿ ਸਾਡੇ ਸਮਾਜ ਨੇ ਬੰਨੀਆਂ ਹੋਈਆਂ ਨੇ ਕਿ ਅਗਰ ਉਹਨਾਂ ਦੇ ਘਰ ਵਾਲੇ ਜਾਂ ਫੈਮਿਲੀ ਦੇ ਮੈਂਬਰ ਮੀਟ ਖਾਂਦੇ ਨੇ ਤਾਂ ਉਹਨਾਂ ਨੂੰ ਮੀਟ ਬਣਾਉਣਾ ਪੈਂਦਾ ਹੈ ਤਾਂ ਉਹ ਕਿਹੜੀ ਕੈਟਾਗਰੀ ਹੁੰਦੀ ਹੈ ਜੋ ਸਟੂਡੈਂਟ ਜਾਂ ਜੋ ਲੋਕ ਮਜਬੂਰ ਕੰਮ ਤੇ ਜਾਂਦੇ ਨੇ ਦੂਸਰੇ ਕੰਟਰੀਆਂ ਦੇ ਵਿੱਚ ਵਰਕ ਵੀਜ਼ੇ ਤੇ ਜਾਂਦੇ ਨੇ ਤਾਂ ਉਹਨਾਂ ਨੂੰ ਮੀਟ ਕੱਟਣਾ ਪੈਂਦਾ ਹੈ ਮੀਟ ਮੈਰੀਨੇਟ ਕਰਨਾ ਪੈਂਦਾ ਹੈ ਮੀਟ ਪਕਾਉਣਾ ਪੈਂਦਾ ਹੈ ਮੀਟ ਸਰਵ ਕਰਨਾ ਪੈਂਦਾ ਹੈ ਤਾਂ ਉਹਨਾਂ ਦੀ ਕਿਹੜੀ ਕੈਟਾਗਰੀ ਹੋਏਗੀ ਮੇਰੇ ਇਸ ਗੱਲ ਨੂੰ ਮੇਰੇ ਇਸ ਵਿਚਾਰ ਨੂੰ ਬਹੁਤ ਹੀ ਪ੍ਰੈਕਟੀਕਲੀ ਜਵਾਬ ਦਿਓ ਜੋ ਲੋਕ ਮੈਨੂੰ ਗਾਲਾਂ ਕੱਢਣਾ ਚਾਹੁੰਦੇ ਨੇ ਉਹ ਵੀ ਵੈਲਕਮ ਨੇ ਕਿਉਂਕਿ ਉਹ ਹੋਰ ਕੀ ਕਰ ਸਕਦੇ ਨੇ ਪਰ ਜੋ ਲੋਕਾਂ ਨੇ ਮੈਨੂੰ ਸਮਝਾਇਆ ਹੈ ਉਹ 60% ਲੋਕ ਨੇ ਮੈਂ ਚਾਹਨੀ ਹਾਂ ਕਿ ਉਹ ਲੋਕ ਮੇਰੀ ਇਸ ਗੱਲ ਦਾ ਜਵਾਬ ਦੇਣ ਕਿ ਅਗਰ ਕਿਸੇ ਨੇ ਸਿੱਖ ਧਰਮ ਨੂੰ ਅਪਣਾਉਣਾ ਹੈ ਤਾਂ ਉਹਨਾਂ ਲਈ ਇਹ ਸਭ ਕੁਝ ਛੱਡਣਾ ਜ਼ਰੂਰੀ ਹੈ ਔਰ ਜੋ ਲੋਕ ਆਲਰੇਡੀ ਸਿੱਖ ਕਹਾਂਦੇ ਨੇ ਸਿੱਖ ਲਿਖਦੇ ਨੇ ਆਪਣੇ ਨਾਂ ਦੇ ਅੱਗੇ ਤਾਂ ਉਹ ਅਗਰ ਮੀਟ ਖਾਂਦੇ ਨੇ ਤਾਂ ਉਹ ਕਿਹੜੀ ਕੈਟਾਗਰੀ ਚ ਆਉਂਦੇ ਨੇ ਮੈਨੂੰ ਇਹ ਗੱਲ ਬਿਲਕੁਲ ਪਤਾ ਨਹੀਂ ਸੀ ਕਿ ਆਪਣੇ ਜਿਹੜੇ ਵਾਰੀਅਰ ਸੀ ਸਿੰਘ ਵਾਰੀਅਰਸ ਜੋ ਕਿ ਖਾਲਸਾ ਫੌਜ ਸੀ ਤਾਂ ਉਹ ਲੋਗ ਮੀਟ ਨਹੀਂ ਖਾਂਦੇ ਸੀ ਕਿਉਂਕਿ ਮੈਨੂੰ ਇਹ ਗੱਲ ਦੱਸੀ ਗਈ ਸੀ ਕਿ ਮਹਾ ਪ੍ਰਸ਼ਾਦ ਬੰਦਾ ਹੈ ਕਿਉਂਕਿ ਲੜਾਈ ਕਰਨ ਲਈ ਬੰਦਾ ਉਹੀ ਬੰਦੇ ਨੂੰ ਮਾਰ ਸਕਦਾ ਹੈ ਜੇ ਅਸੀਂ ਯੁੱਧ ਕਰਨੇ ਹਨ ਲੜਾਈਆਂ ਝਗੜੇ ਤਲਵਾਰ ਫੜ ਕੇ ਜਾਣੇ ਹਨ ਤਾਂ ਅਸੀਂ ਅਗਲੇ ਨੂੰ ਮਾਰਨ ਲਈ ਜਾਂਦੇ ਹਾਂ ਤਾਂ ਕਿ ਅਸੀਂ ਜਿੱਤ ਸਕੀਏ ਤਾਂ ਬੰਦੇ ਨੂੰ ਉਹੀ ਬੰਦਾ ਮਾਰ ਸਕਦਾ ਹੈ ਜੋ ਮਰੀ ਹੋਈ ਚੀਜ਼ ਖਾ ਸਕਦਾ ਹੈ ਤਾਂ ਉਸ ਚੀਜ਼ ਲਈ ਮੈਂ ਬਹੁਤ ਹੀ ਜ਼ਿਆਦਾ ਕਨਫਿਊਜ਼ ਸੀ ਉਸ ਕਨਫਿਊਜ਼ਨ ਦੇ ਵਿੱਚ ਮੈਂ ਵੀਡੀਓ ਬਣਾਈ ਸੀ ਪਰ ਉਹ ਕਨਫਿਊਜ਼ਨ ਮੇਰੇ ਵੱਲੋਂ ਹੁਣ ਕਲੀਅਰ ਹੋ ਚੁੱਕੀ ਹੈ ਗੁਰਬਾਣੀ ਦੇ ਤੌਰ ਤੇ ਮੈਂ ਲੋਕਾਂ ਨੂੰ ਇਹ ਸਮਝਾ ਸਕਦੀ ਹਾਂ ਆਪਣੇ ਆਪ ਨੂੰ ਸਮਝ ਮੈਂ ਸਮਝ ਚੁੱਕੀ ਹਾਂ ਕਿ ਗੁਰਬਾਣੀ ਵਿੱਚ ਐਦਾਂ ਦਾ ਕੁਝ ਨਹੀਂ ਹੈ ਜੋ ਮੈਂ ਸੁਣਿਆ ਹੈ ਲੋਕ ਆਪਣੇ ਹੀ ਹਿਸਾਬ ਨਾਲ ਪਤਾ ਨਹੀਂ ਕੀ ਕੀ ਗੱਲਾਂ ਜੋੜ ਕੇ ਦੱਸਦੇ ਨੇ ਪਰ ਫਿਰ ਵੀ ਮੈਂ ਬਹੁਤ ਸ਼ੁਕਰਾਨਾ ਕਰਦੀ ਹਾਂ ਪਰਮਾਤਮਾ ਦਾ ਔਰ ਆਪਣੇ ਉਹ ਪਰਮਾਤਮਾ ਦਾ ਜਿਨ੍ਹਾਂ ਨੇ ਮੇਰੀ ਇਹ ਬਹੁਤ ਹੀ ਵੱਡੀ ਕਨਫਿਊਜ਼ਨ ਦੂਰ ਕੀਤੀ ਹੈ ਇਦਾਂ ਦੇ ਹੀ ਬਹੁਤ ਸਾਰੇ ਜੋ ਮੇਰੇ ਡਾਊਟ ਨੇ ਮੈਂ ਸਟੈਪ ਬਾਈ ਸਟੈਪ ਤੁਹਾਡੇ ਕੋਲ ਪੁੱਛਾਂਗੀ ਕਿਉਂਕਿ ਉਹ ਡਾਊਟ ਮੇਰੇ ਆਪਣੇ ਨਹੀਂ ਉਹ ਡਾਊਟ ਬਹੁਤ ਸਾਰੇ ਲਿੰਕਡ ਲੋਕਾਂ ਦੇ ਹੈ ਜੋ ਲੋਕ ਕਨਵਰਟ ਹੋ ਚੁੱਕੇ ਨੇ ਤਾਂ ਮੈਂ ਇੱਕ ਰਿਕੁਐਸਟ ਕਰਦੀ ਹਾਂ ਕਿ ਕਿਸੇ ਬਗਾਨੀ ਔਰਤ ਨੂੰ ਗਾਲ ਕੱਢਣ ਤੋਂ అलावा अगर ਤੁਸੀਂ ਕੋਈ ਸੁਝਾਅ ਦੇ ਸਕਦੇ ਹੋ ਤਾਂ ਉਹ ਸੁਝਾਅ ਜ਼ਰੂਰ ਦੇਣਾ। ਅਗਰ ਤੁਸੀਂ ਗਾਲਾਂ ਕੱਢਣਾ ਚਾਹੁੰਦੇ ਹੋ ਤਾਂ ਤੁਸੀਂ ਗੁਰਦੁਆਰਿਆਂ 'ਚ ਗਾਲਾਂ ਕੱਢਦੇ ਹੋ, ਤੁਸੀਂ ਘਰਾਂ 'ਚ ਗਾਲਾਂ ਕੱਢਦੇ ਹੋ। ਤੁਹਾਡੇ ਨਜ਼ਰ 'ਚ ਔਰਤ ਦੀ ਕੋਈ ਇੱਜ਼ਤ ਨਹੀਂ ਹੈ। ਇੱਕ ਔਰਤ ਹੋ ਕੇ ਜਦ ਮੈਂ ਇਹ ਕੁਝ ਬੋਲ ਰਹੀ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਪ੍ਰਚਾਰ ਕਰ ਰਹੀ ਹਾਂ। ਹਰ ਇਨਸਾਨ ਨੂੰ ਆਪਣੇ ਜੋ ਹੈ ਫੀਲਿੰਗ ਐਕਸਪਰੈਸ ਕਰਨਾ ਰਾਈਟ ਹੈ ਉਸ ਐਕਸਪ੍ਰੈਸ਼ਨ ਰਾਈਟ ਦੇ ਅੰਦਰ ਜੋ ਮੇਰੀ ਕਨੈਕਸ਼ਨ ਹੈ ਮੇਰਾ ਸਿੱਖੀ ਨਾਲ ਜੁੜਿਆ ਹੋਇਆ ਤਾਂ ਮੈਂ ਆਪਣੇ ਡਾਊਟ ਕਲੀਅਰ ਕਰਦੀ ਹਾਂ ਤਾਂ ਕਿ ਮੈਂ YouTube ਤੇ ਇਸ ਲਈ ਸ਼ੇਅਰ ਕਰ ਰਹੀ ਹਾਂ ਕਿ ਮੈਂ ਬਹੁਤ ਸਾਰੇ ਲੋਕਾਂ ਨਾਲ ਲਿੰਕ ਹੋ ਕੇ ਉਸ ਚੀਜ਼ ਨੂੰ ਕਲੀਅਰ ਕਰ ਸਕਾਂ ਮੈਂ ਇਸ ਲਈ ਆਪਣੀ ਇਹ ਵੀਡੀਓ ਨਹੀਂ ਬਣਾ ਰਹੀ ਕਿ ਲੋਕ ਮੈਨੂੰ ਗਾਲਾਂ ਕੱਢਣ ਮੈਨੂੰ ਔਰਤ ਸਮਝ ਕੇ ਡਰਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਡਰਨ ਵਾਲਿਆਂ ਜੋ ਮੈਂ ਨਹੀਂ ਹਾਂ ਮੈਂ ਕੁਝ ਸਿੱਖਣ ਆਈ ਹਾਂ ਔਰ ਮੈਂ ਉਸ ਚੀਜ਼ ਲਈ ਬਹੁਤ ਹੀ ਜ਼ਿਆਦਾ ਸਟ੍ਰਿਕਟ ਹਾਂ ਔਰ ਮੈਂ ਉਹ ਚੀਜ਼ ਸਿੱਖ ਰਹੀ ਹਾਂ और मैं ओदे ਲਈ ਹਮੇਸ਼ਾ ਜੋ ਵੀ ਮੇਰੇ ਡਾਊਟ ਨੇ ਮੈਂ ਪੁੱਛਾਂਗੀ ਕਿਉਂਕਿ ਮੇਰੇ ਕੋਲ ਹੋਰ ਇਦਾਂ ਦਾ ਕੋਈ ਨਹੀਂ ਹੈ ਜੋ ਮੇਰੇ ਡਾਊਟ ਕਲੀਅਰ ਕਰ ਸਕੇ ਮੇਰੇ ਡਾਊਟ ਕਲੀਅਰ ਕਰਨਗੇ ਉਹ ਮੈਂ ਪਰਮਾਤਮਾ ਅੱਗੇ ਰੱਖ ਕੇ ਪੁੱਛਦੀ ਹਾਂ ਕਿ ਮੇਰੇ ਇਹ ਸ਼ੱਕ ਹੈ ਮੈਨੂੰ ਇਹ ਕਿਦਾਂ ਦੂਰ ਹੋਏ ਕਿਉਂਕਿ ਆਦਮੀ ਉਹੀ ਕੁਐਸਚਨ ਪੁੱਛ ਸਕਦਾ ਹੈ ਜਿਹਨੂੰ ਨੋਲਜ ਗੇਨ ਕਰਨੀ ਹੈ ਜਿਹਨੇ ਇੰਪਰੂਵਮੈਂਟ ਕਰਨਾ ਹੈ ਆਪਣੇ ਅੰਦਰ ਘਰ ਬੈਠ ਕੇ ਅਸੀਂ ਮੀਟ ਨਹੀਂ ਖਾਂਦੇ ਅਸੀਂ ਮਾਸ ਨਹੀਂ ਖਾਂਦੇ ਔਰ ਬਗਾਨੀਆਂ ਔਰਤਾਂ ਨੂੰ ਅਸੀਂ ਗਾਲਾਂ ਕੱਢਨੇ ਆ ਤਾਂ ਉਹ ਅਗਰ ਸਹੀ ਹੈ ਤਾਂ ਉਹ ਤੁਹਾਡੇ ਲਈ ਬਿਲਕੁਲ ਸਹੀ ਹੋਏਗਾ ਪਰ ਮੇਰੇ ਜੋ ਡਾਊਟ ਨੇ ਮੈਂ ਕਲੀਅਰ ਕਰਦੀ ਰਹਾਂਗੀ ਕਿਉਂਕਿ ਮੈਂ ਪ੍ਰਚਾਰਕਾਂ ਕੋਲੋਂ ਨਹੀਂ ਪੁੱਛਾਂਗੀ ਕਿਉਂਕਿ ਪ੍ਰਚਾਰਕ ਇੱਕ ਸਾਈਡ ਦਾ ਜਵਾਬ ਦਿੰਦੇ ਨੇ ਔਰ ਸਾਡੇ ਹਿਸਾਬ ਨਾਲ ਜਵਾਬ ਦਿੰਦੇ ਨੇ ਤਾਂ ਉਹ ਚੀਜ਼ ਕਲੀਅਰ ਨਹੀਂ ਹੁੰਦੀ ਮੈਂ ਪਬਲਿਕ ਕੋਲੋਂ ਪੁੱਛਾਂਗੀ ਤਾਂ ਮੈਨੂੰ ਘੱਟ ਤੋਂ ਘੱਟ 100 ਤੋਂ ਜ਼ਿਆਦਾ ਲੋਕਾਂ ਨੇ ਰਿਪਲਾਈ ਕੀਤਾ ਹੈ ਔਰ ਉਹ ਵੀ ਗੁਰਬਾਨੀ ਦੇ ਤੌਰ ਤੇ ਤਾਂ ਮੇਰੇ ਲਈ ਉਹ ਬਹੁਤ ਵੱਡੀ ਅਚੀਵਮੈਂਟ ਹੈ ਕਿ ਗੁਰਬਾਨੀ ਮੇਰੇ ਸਾਹਮਣੇ ਹੈ ਜੋ ਮੈਨੂੰ ਸ਼ੱਕ ਸੀ ਤਾਂ ਉਹ ਮੈਨੂੰ ਬਿਲਕੁਲ ਕਲੀਅਰ ਕਲੀਅਰ ਹੋ ਚੁੱਕਿਆ ਹੈ ਤਾਂ ਮੈਂ ਉਹਦੇ ਲਈ ਬਹੁਤ ਧੰਨਵਾਦਾਂ ਮੇਰੀ ਜੋ ਪ੍ਰੀਵਿਅਸ ਵੀਡੀਓ ਹੈ ਉਹ ਵੀਡੀਓ ਇੱਕ ਡਾਊਟ ਸੀ ਜੋ ਮੈਂ ਕਲੀਅਰ ਕੀਤਾ ਔਰ ਉਹ ਮੇਰੇ ਕੋਲ ਉਹ ਕਲੀਅਰ ਨਹੀਂ ਹੋ ਸਕਦਾ ਸੀ ਅਗਰ ਮੈਂ ਉਹਨੂੰ ਅਪਲੋਡ ਨਹੀਂ ਕਰਦੀ ਉਹ ਵੀਡੀਓ ਮਾਰਚ ਦੇ ਮਹੀਨੇ ਚ ਬਣੀ ਸੀ ਜੋ ਕਿ ক্লোਜ਼ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਅਲੀਗੇਸ਼ਨ ਲੱਗਣਗੇ ਮੇਰੇ ਤੇ ਮੈਂ ਉਹਨੂੰ ক্লোਜ਼ ਕੀਤੀ ਸੀ ਪਰ ਮੈਂ ਓਪਨ ਕੀਤੀ ਕਿਉਂਕਿ ਉਹ ਚੀਜ਼ ਮੈਨੂੰ ਅੰਦਰ ਹੀ ਅੰਦਰ ਚੁਬ ਰਹੀ ਸੀ ਜੋ ਹੁਣ ਕਲੀਅਰ ਹੋਈ ਹੈ ਤਾਂ ਜੋ ਲੋਕ ਮੈਨੂੰ ਜਜ ਕਰਨਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਵੀ ਕਲੀਅਰ ਕਰਨੀ ਹੈ ਕਿ ਮੈਂ ਇੱਕ ਨਾਰਮਲ ਇਨਸਾਨ ਹਾਂ ਔਰ ਨਾਰਮਲ ਇਨਸਾਨਾਂ ਦੀ ਤਰ੍ਹਾਂ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ ਜੋ ਚੀਜ਼ ਮੈਨੂੰ ਨਹੀਂ ਪਤਾ ਜੋ ਲੋਕ ਵੈਜੀਟੇਰੀਅਨ ਹੈ ਉਹ ਲੋਕ ਬਿਲਕੁਲ ਸਹੀ ਜਵਾਬ ਦਿੱਤਾ ਹੈ ਜੋ ਲੋਕ ਨਾਨ-ਵੈਜੀਟੇਰੀਅਨ ਨੇ ਉਹਨਾਂ ਲਈ ਇਹ ਜਵਾਬ ਕਿੰਨਾ ਕਠੋਰ ਹੋ ਸਕਦਾ ਹੈ ਔਰ ਉਹ ਕਿੰਨਾ ਅਮਲ ਕਰਨਗੇ ਇਹ ਮੈਂ ਵਿਸ਼ਵਾਸ ਔਰ ਯਕੀਨ ਨਹੀਂ ਦਿਵਾਉਂਦੀ ਪਰ ਹਾਂ ਜੋ ਮੇਰੀ ਡਿਊਟੀ ਹੈ ਮੈਂ ਉਹ ਆਪਣੀ ਕਰਾਂਗੀ ਕਿਉਂਕਿ ਮੇਰੇ ਕੋਲ ਕੁਐਸਚਨ ਸੀ ਮੈਂ ਉਹਨਾਂ ਦੇ ਜਵਾਬ ਦੇਣੇ ਸੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ